2015 'ਚ ਬੇਅਦਬੀਆਂ ਹੋਈਆਂ ਸੀ, 2015 ਦੀ ਘਟਨਾਵਾਂ ਨੇ ਦਿਲ ਦੁਖਿਆ ਸੀਗਾ ਤੁਹਾਡਾ ਉਸ ਵੇਲੇ? ਦਿਲ ਤੇ ਦੁਖਿਆ ਸੀ, ਇਹ 'ਚ ਕੋਈ ਦੋ ਰਾਇ ਨਹੀਂ ਆ। ਤੁਹਾਡੇ ਦੇ ਅੰਦਰ ਦੁੱਖ ਸੀਗਾ, ਤੁਹਾਨੂੰ ਪਤਾ ਸੀ ਕਿ ਤੁਹਾਡੀ ਸਰਕਾਰ ਦੌਰਾਨ ਇੰਨੀ ਗਲਤੀ ਹੋਈ ਆ, ਔਰ ਇੱਕ ਪੰਥਕ ਮੁੱਦੇ ਨੂੰ ਲੈ ਕੇ ਹੀ ਉਦੋਂ ਇਸ ਇਹ ਪਾਰਟੀ ਜਿਹੜੀ ਸੀਟ ਜਿਹੜੀ ਖਾਲੀ ਹੋਈ ਸੀਗੀ, ਫਿਰ ਤੁਸੀਂ ਇਲੈਕਸ਼ਨ ਵੀ ਲੜਿਆ, ਜਿੱਤਣ ਤੋਂ ਬਾਅਦ ਖੁਸ਼ੀਆਂ ਵੀ ਮਨਾਈਆਂ। ਮੈਂ ਸਮਝਦਾ ਕਿ ਅਸੀਂ ਉਹ ਬਹੁਤ ਵੱਡੀ ਆਪਣੀ ਜ਼ਿੰਦਗੀ ਦੀ ਸਿਆਸੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਵੱਡੀ ਗਲਤੀ ਕੀਤੀ ਆ। ਸਾਨੂੰ ਉਹ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ। ਤੁਹਾਡੇ ਵਰਗੇ ਹੀ ਯੰਗ ਨੇਤਾ ਹੀ ਮੰਨੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ, ਉਹ ਪ੍ਰਧਾਨ ਨੇ, ਆਰੋਪ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਨੂੰ, ਪਾਰਟੀ 'ਚ ਬਹੁਤ ਇੰਟਰਫੇਅਰ ਕਰ ਰਹੇ ਨੇ, ਤੁਹਾਡੇ ਪਿਤਾ ਆਰੋਪ ਲਗਾ ਰਹੇ ਨੇ, ਸਾਰੇ ਯੰਗ ਬੰਦੇ ਨੇ, ਉਹ ਤੁਹਾਡੇ ਨਾਲ ਉਹਨਾਂ ਦਾ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ, ਕੋਈ ਇਸ ਜਿੰਨੀ ਜਦੋਂ ਤੋਂ ਤੁਸੀਂ ਵਿਰੋਧ ਕਰ ਰਹੇ ਹੋ ਕੋਈ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ? ਮੈਨੂੰ ਖੁਦ ਸਰਦਾਰ ਬਿਕਰਮ ਸਿੰਘ ਮਜੀਠਾ ਜੀ ਮਿਲੇ, ਉਹਨਾਂ ਨੇ ਆਪਣੇ ਬੰਦੇ ਵੀ ਭੇਜੇ, ਉਹਨਾਂ ਨੇ ਇਹ ਵੀ ਕਿਹਾ ਕਿ ਬੜਾ ਲੰਮਾ ਸਮਾਂ ਤੁਸੀਂ ਸਿਆਸਤ 'ਚ ਰਹਿਣਾ ਵਾ, ਅਤੇ ਤੁਸੀਂ ਬਿਲਕੁਲ ਬ੍ਰਹਮਪੁਰਾ ਸਾਹਿਬ ਦਾ ਸਾਹ ਛੱਡ ਕੇ ਅਤੇ ਜਿਹੜੀ ਪਟਿਆਲਾ ਰੈਲੀ ਹੋ ਰਹੀ ਆ ਉਹਦੇ ਵਿੱਚ ਪਹੁੰਚੋ। ਪੰਜਾਬ ਵਿੱਚ ਅੱਜ ਇੱਕ ਨਵੀਂ ਪਾਰਟੀ ਹੋਣ ਚਾਹੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਇਹ ਉਹ ਪਾਰਟੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ, ਟਕਸਾਲੀ ਆਗੂ ਕਿਹਾ ਜਾਂਦਾ ਸੀਗਾ, ਐਕਸਪੀਰੀਅੰਸ ਬੰਦੇ ਸੀਗੇ, ਅੱਜ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾ ਲਈ। ਉਹਨਾਂ ਦਾ ਆਰੋਪ ਹੈ ਕਿ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਡਿਕਟੇਟਰਸ਼ਿਪ ਕਰ ਰਹੇ ਨੇ, ਜਿਸ ਤੋਂ ਤੰਗ ਆ ਕੇ ਹੁਣ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਇਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ, ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਪਾਰਟੀ ਬਣਾਈ ਅਤੇ ਉਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨਾਲ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਵੀ ਨੇ, ਔਰ ਇਸ ਵੇਲੇ ਸਾਡੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਮੌਜੂਦ ਨੇ, ਜਿਨ੍ਹਾਂ ਨੇ ਕਈ ਵਾਰ ਲਾਠੀਆਂ ਖਾਂਦੇ ਵੀ ਆਪਾਂ ਇਹਨਾਂ ਨੂੰ ਦੇਖਿਆ, ਸੁਖਬੀਰ ਸਿੰਘ ਬਾਦਲ ਲਈ, ਅਕਾਲੀ ਦਲ ਬਾਦਲ ਲਈ ਧਰਨੇ ਦਿੰਦੇ ਸੀਗੇ ਅਤੇ ਅੱਗੇ ਅੱਗੇ ਜਾ ਕੇ ਇਹਨਾਂ ਨੇ ਲਾਠੀਆਂ ਵੀ ਖਾਧੀਆਂ ਪੁਲਿਸ ਦੀਆਂ, ਪਰ ਅੱਜ ਇਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਔਰ ਉਹਨਾਂ ਉਸੇ ਪਾਰਟੀ ਦੇ ਸਾਹਮਣੇ ਖੜ੍ਹੇ ਹੋ ਰਹੇ ਨੇ। ਸਾਡੇ ਨਾਲ ਇਸ ਵੇਲੇ ਰਵਿੰਦਰ ਸਿੰਘ ਬ੍ਰਹਮਪੁਰਾ ਮੌਜੂਦ ਨੇ। ਬ੍ਰਹਮਪੁਰਾ ਸਾਹਿਬ, ਜਿਵੇਂ ਮੈਂ ਦੱਸਿਆ ਕਿ ਚੰਡੀਗੜ੍ਹ 'ਚ ਵੀ ਆਪਾਂ ਤੁਹਾਨੂੰ ਦੇਖਿਆ ਸੀਗਾ ਕਿ ਤੁਸੀਂ ਲਾਠੀਆਂ ਖਾ ਰਹੇ ਸੀਗੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧਰਨਾ ਸੀ, ਸੁਖਬੀਰ ਸਿੰਘ ਬਾਦਲ ਦਾ ਧਰਨਾ ਸੀ, ਪੁਲਿਸ ਦੀ ਲਾਠੀਆਂ ਤੁਸੀਂ ਖਾ ਰਹੇ ਸੀਗੇ, ਜ਼ਖਮੀ ਹੋ ਗਏ ਸੀਗੇ, ਅੱਜ ਉਹਨਾਂ ਦੇ ਖਿਲਾਫ ਤੁਹਾਨੂੰ ਖੜਾ ਹੋਣਾ ਪੈ ਰਿਹਾ, ਕਿਉਂ? ਇਹਦਾ ਇੱਕ ਕਾਰਨ ਹੈ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ, ਉਹਨਾਂ ਦੀ ਕਾਲ ਆਈ ਸੀ ਕਿ ਆਪਾਂ ਪੰਜਾਬ ਦੀ ਵਿਧਾਨ ਸਭਾ ਜਿਹੜੀ ਆ ਘੇਰਨੀ ਆ, ਅਤੇ ਇਸ ਕਰਕੇ ਅਸੀਂ ਆਪਣੀ ਸੰਗਤ ਨੂੰ ਨਾਲ ਲੈ ਕੇ, ਵਰਕਰਾਂ ਨੂੰ ਲੈ ਕੇ ਉੱਥੇ ਪਹੁੰਚੇ ਸੀ, ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਮੇਰੇ ਵਰਕਰਾਂ ਨੇ ਮੇਰਾ ਬੜਾ ਪੂਰਨ ਸਹਿਯੋਗ ਕੀਤਾ। ਅਸੀਂ ਪਹਿਲਾ ਬੈਰੀਗੇਟ ਤੋੜ ਕੇ ਅੱਗੇ ਲੰਘ ਗਏ, ਦੂਸਰਾ ਬੈਰੀਗੇਟ ਵੀ ਅਸੀਂ ਤੋੜ ਕੇ ਕਰੋਸ ਕੀਤਾ, ਉੱਤੇ ਡਾਂਗਾਂ ਵੜੀਆਂ, ਉੱਥੇ ਆਪ ਜੀ ਨੇ ਚੰਗੀ ਤਰ੍ਹਾਂ ਦੇਖਿਆ ਹੋਊਗਾ ਕਿ ਪਾਣੀ ਦੀਆਂ ਵਿਛਾੜਾਂ ਵਗੀਆਂ, ਬਹੁਤ ਬੁਰੀ ਹਾਲ ਚਿੱਕੜ ਹੋ ਗਿਆ। ਲੇਕਿਨ ਇਹਦੇ ਬਾਵਜੂਦ ਵੀ ਜੋ ਸਾਡੇ ਪਾਰਟੀ ਪ੍ਰਧਾਨ ਸੀ, ਉਹਨਾਂ ਦਾ ਜੋ ਹੁਕਮ ਸੀ ਸਾਨੂੰ, ਉਹ ਅਸੀਂ ਪੂਰਾ ਵਜਾਇਆ, ਔਰ ਉਹਨਾਂ ਦੇ ਜਿਹੜੇ ਬੈਰੀਗੇਟ ਸੀ ਉਹ ਤੋੜ ਕੇ ਅੱਗੇ ਲੰਘੇ, ਉਹਦੇ ਨਾਲ ਸਾਨੂੰ ਡਾਂਗਾਂ ਪਈਆਂ, ਜ਼ਖਮੀ ਹੋਏ। ਪਰ ਕਿਉਂਕਿ ਸਾਡੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਜੋ ਮੇਰੇ ਪਿਤਾ ਜੀ ਨੇ, ਉਹਨਾਂ ਦੀ ਸਾਨੂੰ ਇਹ ਹਮੇਸ਼ਾ ਹੀ ਸਿੱਖਿਆ ਸੀ ਕਿ ਜਿਹੜੀ ਪਾਰਟੀ ਆ ਉਹਦਾ ਹੁਕਮ ਮੰਨਣਾ ਸਭ ਤੋਂ ਪਹਿਲਾਂ ਵਾ, ਔਰ ਅਸੀਂ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਦੇ ਵਿੱਚ ਰਹੇ ਹਾਂ, ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ, ਜੋ ਪਾਰਟੀ ਦਾ ਹੁਕਮ ਸੀ ਉਹ ਵਜਾਇਆ। ਪਰ ਆ ਜਦੋਂ ਪਿਛਲੇ ਸਮੇਂ ਦੇ ਵਿੱਚ ਜੋ 2 ਸਾਲ ਤੋਂ, ਤਕਰੀਬਨ 2.5 ਸਾਲ ਤੋਂ ਆਪਾਂ ਕਹਿ ਲਈਏ ਕਿ ਜਦੋਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ, ਉਹ ਮੇਰੇ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ, ਕਿਉਂਕਿ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਸੀ, ਉਹਨਾਂ ਨੇ ਕਈ ਵਾਰ ਜਿਹੜਾ ਵਾ ਮੀਡੀਆ ਦੇ ਰਾਹੀਂ, TV ਚੈਨਲ ਦੇ ਰਾਹੀਂ, ਪ੍ਰੈਸ ਦੇ ਰਾਹੀਂ ਦੱਸਿਆ ਵਾ ਕਿ ਜਦੋਂ ਦੇ ਉਹ ਬਣੇ ਨੇ ਪਾਰਟੀ ਗਿਰਾਵਟ ਵੱਲ ਜਾਂਦੀ ਸੀ, ਅਸੀਂ ਬਾਦਲ ਸਾਹਿਬ ਨੂੰ ਬੇਨਤੀ ਕਰਦੇ ਸੀ ਲੇਕਿਨ ਕੋਈ ਸੁਣਵਾਈ ਨਹੀਂ ਸੀ ਹੁੰਦੀ, ਅੰਤ ਦੇ ਵਿੱਚ ਸਾਨੂੰ ਉਹਨਾਂ ਨੂੰ ਪ੍ਰੈਸ ਦੇ ਵਿੱਚ ਆਉਣਾ ਪਿਆ। ਇਹ ਜਿਹੜੀ ਬੇਨਤੀ ਦੀ ਤੁਸੀਂ ਗੱਲ ਕਰ ਰਹੇ ਹੋ, ਇਹ 2017 ਤੋਂ ਬਾਅਦ ਸ਼ੁਰੂ ਹੋਈ ਸੀਗੀ ਕਿ ਪਾਰਟੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ? ਪਹਿਲੇ ਵੀ ਤੁਹਾਨੂੰ ਲੱਗਿਆ ਸੀ ਕਿ 2017 'ਚ ਇੱਦਾਂ ਦੇ ਰਿਜ਼ਲਟ ਆ ਸਕਦੇ ਨੇ? ਨਹੀਂ, ਇਹ ਗੱਲ ਇਹ ਤਾਂ 15 ਤੋਂ ਸ਼ੁਰੂ ਹੋ ਗਈ, ਅਕਤੂਬਰ ਤੋਂ ਸ਼ੁਰੂ ਹੋ ਗਈ, ਜਦੋਂ ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਦਬੀਆਂ ਹੋਣੀਆਂ ਸ਼ੁਰੂ ਹੋਈਆਂ, ਉਦੋਂ ਤੋਂ ਹੀ ਜਿਹੜੇ ਕਿਉਂਕਿ ਹਾਲਾਤ ਵਿਗੜਨੇ ਸ਼ੁਰੂ ਹੋ ਗਏ, ਅਤੇ ਬ੍ਰਹਮਪੁਰਾ ਸਾਹਿਬ ਨੇ ਇਹ ਗੱਲ ਹਮੇਸ਼ਾ ਕਹੀ ਕਿ ਜਿਹੜੀ ਆਪਣੀ ਸਰਕਾਰ ਆ ਪੰਥ ਦੀ ਸਰਕਾਰ ਆਪਾਂ ਕਹਾਉਂਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹਮੇਸ਼ਾ ਕਹਿੰਦੇ ਹਾਂ ਕਿ ਪੰਥਕ ਸਰਕਾਰ ਆ, ਅਤੇ ਆਪਣੇ ਸਮੇਂ ਦੇ ਵਿੱਚ ਜੋ ਇਹ ਬੇਅਦਬੀਆਂ ਹੋਈਆਂ ਵਾ, ਸਾਡੀ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੇ ਵੀ ਜੁਰਮ ਕੀਤਾ ਵਾ ਉਹਨੂੰ ਫੜਨਾ ਚਾਹੀਦਾ, ਕਿਉਂਕਿ ਬੜਾ ਸੰਗੀਨ ਜੁਰਮ ਆ। ਪਰ ਮੈਂ ਸਮਝਦਾ ਕਿ ਉਹਦੇ ਵਿੱਚ ਸਾਡੀ ਸਰਕਾਰ
ਫੇਲ ਹੋਈ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਫੇਲ ਹੋਇਆ ਅਤੇ ਜਿਹੜੇ ਜਿਨ੍ਹਾਂ ਨੇ ਇਹ ਕਾਰੇ ਕੀਤੇ ਸੀ ਉਹਨਾਂ ਤੱਕ ਅਸੀਂ ਨਹੀਂ ਪਹੁੰਚ ਸਕੇ। ਇਸ ਚੀਜ਼ ਦਾ ਅਹਿਸਾਸ ਤੁਹਾਡੇ ਪਿਤਾ ਜਾਂ ਤੁਹਾਨੂੰ ਜਾਂ ਜਿਹੜੇ ਵੀ ਹੁਣ ਤੁਸੀਂ ਬਾਗੀ ਹੋਏ ਸੀ ਅਕਾਲੀ ਦਲ ਤੋਂ, ਇੰਨੀ ਦੇਰੀ ਬਾਅਦ ਕਿਉਂ ਹੋਇਆ? 2017 'ਚ ਸਰਕਾਰ ਬਣੀ, 2018 'ਚ ਤੁਸੀਂ ਤਕਰੀਬਨ 1.5 ਸਾਲ ਹੋਣ ਜਾ ਰਿਹਾ, ਉਸ ਤੋਂ ਬਾਅਦ ਤੁਸੀਂ ਵਿਰੋਧ ਕਰਨਾ ਸ਼ੁਰੂ ਕੀਤਾ ਅਕਾਲੀ ਦਲ ਦਾ, 2015 'ਚ ਬੇਅਦਬੀਆਂ ਹੋਈਆਂ ਸੀ, ਇੰਨੀ ਦੇਰੀ ਕਿਉਂ ਹੋ ਗਈ ਫਿਰ? ਜਦੋਂ ਇਹ ਗੱਲਾਂ ਘਟਨਾਵਾਂ ਹੋਈਆਂ ਜਾਂ ਉਹ ਸਾਧ ਨੂੰ ਮਾਫ਼ੀ ਦਿੱਤੀ ਜਦੋਂ ਸਾਡੀ ਸਰਕਾਰ ਸੀ, ਮੈਂ ਉਦੋਂ ਦੀ ਗੱਲ ਕਰਦਾ, 17 ਤੋਂ ਪਹਿਲਾਂ ਦੀ ਗੱਲ ਕਰਨੀ ਚਾਹੁੰਦਾ, ਉਦੋਂ ਸਾਡੀ ਸਰਕਾਰ ਸੀ ਅਤੇ ਇਹ ਜਿਹੜਾ ਸੱਚੇ ਸੌਦੇ ਵਾਲਾ ਰਾਮ ਰਹੀਮ ਬਲਾਤਕਾਰੀ ਸਾਧ ਆ, ਇਹਨੂੰ ਜਦੋਂ ਮਾਫ਼ੀ ਦਿੱਤੀ ਤਾਂ ਮੈਂ ਸਮਝਦਾ ਵਾਂ ਕਿ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਭਾਂਬੜ ਮੱਚਣੇ ਸ਼ੁਰੂ ਹੋ ਗਏ, ਲੋਕ ਅਕਾਲੀ ਦਲ ਦੇ ਨਾਲ ਨਫ਼ਰਤ ਕਰਨ ਲੱਗ ਪਏ ਸੀ। ਅਸੀਂ ਮਾਫ਼ੀ ਵੀ ਆਪੇ ਦਿੱਤੀ ਅਤੇ ਅਸੀਂ ਉਹਦੀ ਮਾਫ਼ੀ ਕੈਂਸਲ ਵੀ ਆਪੇ ਕੀਤੀ ਜਦੋਂ ਬਹੁਤ ਵੱਡਾ ਦਬਾਅ ਪਿਆ। ਅਤੇ ਬਰਗਾੜੀ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਜੋ ਆਪ ਜੀ ਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਗੁਰੂ ਨਾਨਕ ਨਾਮ ਲੇਵਾ ਆਪਣਾ ਜਾਪ ਕਰ ਰਿਹਾ ਸੀ, ਜੋ ਉਹਨਾਂ ਦੀ ਮੰਗ ਸੀ ਉਹਦੇ ਸੰਬੰਧ ਦੇ ਵਿੱਚ ਪ੍ਰੋਟੈਸਟ 'ਤੇ ਬੈਠੇ ਸੀ, ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਦੋਨੋਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਕਈ ਜ਼ਖਮੀ ਹੋ ਗਏ। ਉਹ ਨਾ ਤਾਂ ਕੋਈ ਰੇਲਵੇ ਟਰੈਕ ਉਹਨਾਂ ਰੋਕਿਆ ਸੀ ਅਤੇ ਨਾ ਹੀ ਉਹਨਾਂ ਨੇ ਕੋਈ GT ਰੋਡ ਰੋਕਿਆ ਸੀ ਵੀ ਉਹਨਾਂ ਦੇ ਉੱਤੇ ਜਿਹੜਾ ਵਾ ਇਹ ਗੋਲੀਆਂ ਚਲਾਉਣੀਆਂ ਬਣਦੀਆਂ ਸੀ। 38-39 ਦਿਨ ਜਿਹੜੇ ਟੀਚਰ ਸੀ ਉਹ ਕੈਪਟਨ ਸਾਹਿਬ ਦੇ ਸ਼ਹਿਰ ਦੇ ਵਿੱਚ ਉਹਨਾਂ ਦੀ ਕੋਠੀ ਦੇ ਲਾਗੇ ਏਡੇ ਏਡੇ ਵੱਡੇ ਧਰਨੇ ਲਾ ਕੇ ਬੈਠੇ ਰਹੇ। ਕਿਸਾਨ ਜਿਹੜੇ ਨੇ ਉਹ ਕਿਹੜੇ ਕਿਹੜੇ ਧਰਨੇ ਆ ਹੁਣ ਉਹਨਾਂ ਲਾਏ ਸੀ ਕਮਾਦ ਕਰਕੇ, ਜਾਂ ਕਈ ਲੰਮੇ ਸਮੇਂ ਵੀ ਕਈ ਸੰਘਰਸ਼ ਚੱਲਦੇ ਨੇ, ਪਰ ਕਦੇ ਕਿਸੇ 'ਤੇ ਗੋਲੀ ਜਿਹੜੀ ਆ ਉਹ ਕੋਈ ਵੀ ਸਰਕਾਰਾਂ ਨਹੀਂ ਚਲਾਉਂਦੀਆਂ। ਸਾਡੀ ਸਰਕਾਰ ਹੋਵੇ, ਪੰਥ ਦੀ ਸਰਕਾਰ ਹੋਵੇ, ਜਾਪ ਕਰਦਿਆਂ ਬੰਦਿਆਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋ ਜਾਵੇ, ਸਾਡਾ ਰਾਜ ਭਾਗ ਹੋਵੇ ਅਤੇ ਅਸੀਂ ਉਹ ਜਿਹੜੀ ਆ ਚੋਰਾਂ ਨੇ ਇਹ ਵੀ ਕਿਹਾ ਹੋਵੇ, ਚੋਰ ਕੌਣ ਸੀ, ਆ ਜਿਹੜਾ ਰਾਮ ਰਹੀਮ ਆ ਇਹਦੇ ਚੇਲੇ ਸੀ, ਉਹਨਾਂ ਨੇ ਇਹ ਵੀ ਕਿਹਾ ਹੋਵੇ ਕਿ ਅਸੀਂ 19 ਤਰੀਕ ਨੂੰ, ਉਹਨਾਂ ਆਪਣੇ ਮੋਬਾਈਲ ਨੰਬਰ ਲਿਖ ਕੇ ਨੋਟ ਲਾਏ ਦਰਵਾਜ਼ਿਆਂ 'ਤੇ ਲਾਏ, ਜਿਹਨੂੰ ਆਪਾਂ ਇਸ਼ਤਿਹਾਰ ਕਹਿੰਦੇ ਹਾਂ ਕਿ ਜੇ ਸਾਡੀਆਂ ਤੁਸੀਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਹ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਅਸੀਂ ਚੋਰੀ ਕੀਤਾ, ਇਹਦਾ ਜਿਹੜੇ ਪੰਨੇ ਆ ਇਹਦੇ ਅੰਗ ਨੇ ਉਹ ਅਸੀਂ ਗਲੀਆਂ 'ਚ ਖਿਲਾਰਾਂਗੇ। ਤਾਂ ਉਹਨਾਂ ਕੀਤਾ ਬਈ ਇਸੇ ਤਰ੍ਹਾਂ ਹੀ। ਪਰ 2015 ਦੀ ਘਟਨਾਵਾਂ ਤੁਸੀਂ ਦੱਸ ਰਹੇ ਹੋ ਜਿਹੜੀਆਂ ਤੁਸੀਂ, ਸਾਰਾ 2015 ਦੀ ਘਟਨਾਵਾਂ ਨੇ ਨਾ, 2017 'ਚ ਇਲੈਕਸ਼ਨ ਹੋਈ, 2015 ਦੀ ਘਟਨਾਵਾਂ ਨੇ, ਦਿਲ ਦੁਖਿਆ ਸੀਗਾ ਤੁਹਾਡਾ ਉਸ ਵੇਲੇ? ਉਸੇ ਵੇਲੇ ਦਿਲ ਦੁਖਿਆ ਸੀ ਜਾਂ ਦੇਰੀ ਬਾਅਦ ਅਹਿਸਾਸ ਹੋਇਆ? ਦਿਲ ਤਾਂ ਦੁਖਿਆ ਸੀ, ਇਹ 'ਚ ਕੋਈ ਦੋ ਰਾਏ ਨਹੀਂ ਆ। ਫਿਰ ਮੇਰਾ ਇੱਕ ਸਵਾਲ ਹੈ, ਦਿਲ ਤੁਹਾਡਾ ਉਦੋਂ ਦੁਖਿਆ ਸੀ, ਉਸ ਵੇਲੇ ਰਮਨਜੀਤ ਸਿੰਘ ਸਿੱਕੀ ਜਿਹੜੇ ਤੁਹਾਡੇ ਵਿਰੋਧੀ ਸੀ ਉਸ ਵੇਲੇ, ਕਾਂਗਰਸ ਦੇ ਵਿਧਾਇਕ ਸੀਗੇ ਤੁਹਾਡੀ ਕੰਸਟੀਚੁਐਂਸੀ ਤੋਂ, ਉਹਨਾਂ ਨੇ ਇਸੇ ਮੁੱਦੇ ਨੂੰ ਲੈ ਕੇ ਰਿਜ਼ਾਈਨ ਦੇ ਦਿੱਤਾ ਕਿ ਪੰਜਾਬ 'ਚ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀਆਂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਗੋਲੀ ਚੱਲੀ ਬਰਗਾੜੀ, ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਦਿੱਤਾ। ਰਿਜ਼ਾਈਨ ਦੇਣ ਤੋਂ ਬਾਅਦ ਬਾਈ ਇਲੈਕਸ਼ਨ ਹੋ ਰਹੇ, ਉਸੇ ਬਾਈ ਇਲੈਕਸ਼ਨ 'ਚ ਉਮੀਦਵਾਰ ਤੁਸੀਂ ਸੀਗੇ ਔਰ ਉਮੀਦਵਾਰੀ ਕਾਂਗਰਸ ਨੇ ਦਿੱਤੀ ਨਹੀਂ, ਆਪਣਾ ਉਮੀਦਵਾਰ ਵੀ ਨਹੀਂ ਖੜ੍ਹਾ ਕੀਤਾ, ਤੁਸੀਂ ਇਲੈਕਸ਼ਨ ਜਿੱਤੇ ਔਰ ਤੁਸੀਂ ਇਲੈਕਸ਼ਨ ਦਾ ਜਸ਼ਨ ਵੀ ਮਨਾਇਆ ਸੀ, ਉਹ ਫਿਰ ਕਿਉਂ ਮਨਾਇਆ? ਕਿਉਂਕਿ ਤੁਹਾਡੇ ਦੇ ਅੰਦਰ ਦੁੱਖ ਸੀਗਾ, ਤੁਹਾਨੂੰ ਪਤਾ ਸੀ ਕਿ ਤੁਹਾਡੀ ਸਰਕਾਰ ਦੌਰਾਨ ਇੰਨੀ ਗਲਤੀ ਹੋਈ ਆ, ਔਰ ਇੱਕ ਪੰਥਕ ਮੁੱਦੇ ਨੂੰ ਲੈ ਕੇ ਹੀ ਉਦੋਂ ਇਹ ਪਾਰਟੀ ਜਿਹੜੀ ਸੀਟ ਜਿਹੜੀ ਖਾਲੀ ਹੋਈ ਸੀਗੀ, ਫਿਰ ਤੁਸੀਂ ਇਲੈਕਸ਼ਨ ਵੀ ਲੜਿਆ, ਜਿੱਤਣ ਤੋਂ ਬਾਅਦ ਖੁਸ਼ੀਆਂ ਵੀ ਮਨਾਈਆਂ। ਦੇਖੋ ਜਦੋਂ ਦੀ ਗੱਲ ਤੁਸੀਂ ਕਰ ਰਹੇ ਹਾਂ ਉਦੋਂ ਅਜੇ ਇਹ ਜਿਹੜੀਆਂ ਸਿਰਫ ਉਦੋਂ ਅਜੇ ਬੇਅਦਬੀ ਸ਼ੁਰੂ ਹੋਈਆਂ ਸੀ। ਨਹੀਂ ਨਹੀਂ, ਮੈਂ ਤੁਹਾਨੂੰ ਬ੍ਰਹਮਪੁਰਾ ਸਾਹਿਬ, ਬੇਅਦਬੀਆਂ ਹੋ ਗਈਆਂ ਸੀ, ਸਾਰੀ ਘਟਨਾਵਾਂ ਹੋ ਗਈਆਂ ਸੀਗੀਆਂ, ਉਸ ਤੋਂ ਬਾਅਦ ਉਹਨਾਂ ਨੇ ਜੇ ਤੁਹਾਨੂੰ ਯਾਦ ਹੋਵੇ ਰਮਨਜੀਤ ਸਿੰਘ ਸਿੱਕੀ ਨੇ ਵਿਰੋਧ ਵਜੋਂ ਕਿ ਇਸ ਅਕਾਲੀ ਦਲ ਦੀ ਸਰਕਾਰ ਦੌਰਾਨ ਇਹ ਹੋਇਆ ਸੀਗਾ, ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਸੀਟ ਉਹਨਾਂ ਨੇ ਅਸਤੀਫਾ ਦਿੱਤਾ ਸੀ। ਇਲੈਕਸ਼ਨ ਕਦੋਂ ਹੋਈ ਸੀ ਤੁਹਾਡੇ? ਫਰਵਰੀ ਦੇ ਵਿੱਚ ਹੋਈ ਸੀ ਜੀ, ਅਗਲੇ ਸਾਲ 16 ਦੇ ਵਿੱਚ ਫਰਵਰੀ ਦੇ ਵਿੱਚ ਹੋਈ ਸੀ। ਮੈਂ ਤੁਹਾਨੂੰ ਫਿਰ ਬੇਨਤੀ ਕਰਨ ਲੱਗਾ ਵਾਂ ਕਿ ਉਦੋਂ ਅਜੇ ਬੇਅਦਬੀਆਂ ਸ਼ੁਰੂ ਹੋਈਆਂ ਸੀ ਜਿਹੜਾ। ਫਿਰ ਗੱਲ ਬਰਗਾੜੀ, ਮੈਂ ਗੱਲ ਉਹੀ ਕਰ ਰਿਹਾ, ਬਰਗਾੜੀ 'ਚ ਗੋਲੀ ਚੱਲ ਗਈ ਸੀਗੀ, ਧਰਨੇ ਲੱਗੇ ਸੀ, ਉਹ ਅਕਤੂਬਰ ਦੀ ਹੀ ਗੱਲ ਹੈ, 14 ਅਕਤੂਬਰ ਤੋਂ ਬਾਅਦ ਦੀ, 14 ਅਕਤੂਬਰ ਦੀ ਗੱਲ ਹੈ, ਉਸ ਤੋਂ ਉਦੋਂ ਹੀ ਇਹ ਘਟਨਾ ਵਾਪਰੀ ਸੀਗੀ, ਉਸ ਤੋਂ ਬਾਅਦ ਰਮਨਜੀਤ ਸਿੱਕੀ ਨੇ ਅਸਤੀਫਾ ਦਿੱਤਾ ਸੀ, ਤੁਸੀਂ ਇਲੈਕਸ਼ਨਾਂ 'ਚ ਗਏ ਸੀਗੇ, ਉਦੋਂ ਤੁਹਾਨੂੰ ਅਹਿਸਾਸ ਕਿਉਂ ਨਹੀਂ ਸੀਗਾ ਇਸ ਵੇਲੇ? ਬਿਲਕੁਲ ਸਹਿਮਤ ਹਾਂ ਜੀ, ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਬਾਈਕਾਟ ਕੀਤਾ। 10 ਮਹੀਨੇ ਦਾ ਸਮਾਂ ਰਹਿੰਦਾ ਸੀ, ਅਸੀਂ ਵੀ ਚਾਹੁੰਦੇ ਸੀ, ਸਾਡਾ ਪਰਿਵਾਰ ਵੀ ਚਾਹੁੰਦਾ ਸੀ ਕਿ ਜੇ ਕਾਂਗਰਸ ਪਾਰਟੀ ਨੂੰ, ਜਿਹਨੂੰ ਆਪਾਂ ਸਿੱਖਾਂ ਦੀ ਦੁਸ਼ਮਣ ਕਹਿੰਦੇ ਹਾਂ, ਜੇ ਉਹਨਾਂ ਦਾ ਇੱਕ ਵਿਧਾਇਕ ਜਿਹੜਾ ਅਸਤੀਫਾ ਦੇ ਸਕਦਾ ਤਾਂ ਸਾਨੂੰ ਵੀ ਬ੍ਰਹਮਪੁਰਾ ਪਰਿਵਾਰ ਨੂੰ ਵੀ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਕਿਉਂਕਿ ਇਹ ਹਲਕਾ ਪਹਿਲਾਂ ਬ੍ਰਹਮਪੁਰਾ ਸਾਹਿਬ ਦੇ ਕੋਲ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਕਿਉਂਕਿ ਬ੍ਰਹਮਪੁਰਾ ਸਾਹਿਬ ਬਹੁਤ ਉਹਨਾਂ ਦੇ ਨੇੜੇ ਸਾਥੀ, ਉਹਨਾਂ ਨੇ ਇਹ ਗੱਲ ਕੀਤੀ ਕਿ ਜੇ ਆਪਾਂ ਆਪਣੇ ਪਰਿਵਾਰ 'ਚੋਂ ਕਿਸੇ ਨੂੰ ਇਲੈਕਸ਼ਨ ਨਹੀਂ ਲੜਾਉਂਦੇ ਤਾਂ ਇਹ ਜਿਹੜੀ ਆ ਉਹ ਬਹੁਤ ਮਾੜੀ ਗੱਲ ਹੋਊਗੀ। ਚਲੋ ਉਹਨਾਂ ਨੇ ਸਾਨੂੰ ਟਿਕਟ ਦਿੱਤੀ, ਲੜੇ ਵੀ, ਜਿੱਤੇ ਵੀ,
ਪਰ ਮੈਂ ਉਹਨਾਂ ਨੇ ਆਪ ਦਿੱਤੀ ਦਬਾਅ ਪਾਇਆ ਸੀ ਤੁਹਾਡੇ 'ਤੇ, ਪ੍ਰੈਸ਼ਰਾਈਜ਼ ਕੀਤਾ ਸੀਗਾ ਕਿ ਲੜੋ ਇੱਥੋਂ। ਅੱਜ ਹੁਣ ਕਹਿ ਰਹੇ ਨੇ ਕਿ ਸਾਡੇ ਕੋਲ ਬ੍ਰਹਮਪੁਰਾ ਸਾਹਿਬ ਨੇ ਟਿਕਟ ਮੰਗੀ, ਚਲੋ ਜੋ ਮਰਜ਼ੀ ਕਹਿ ਸਕਦੇ ਨੇ, ਉਹ ਵੱਡੇ ਨੇ, ਪਾਰਟੀ ਪ੍ਰਧਾਨ ਨੇ, ਪਾਰਟੀ ਸਰਪ੍ਰਸਤ ਨੇ, ਪਰ ਮੈਂ ਬੇਨਤੀ ਕਰਨੀ ਚਾਹੁੰਦਾ 10 ਮਹੀਨੇ ਵਾਸਤੇ 11 ਮਹੀਨੇ ਵਾਸਤੇ ਕੋਈ MLA ਬਣਾ, ਲੋਕ ਸਰਕਾਰ 5 ਸਾਲ ਵਾਸਤੇ MLA ਚਾਹੁੰਦੇ ਨੇ, ਲੇਕਿਨ ਕੋਈ ਉਹ ਸਮਾਂ ਹੀ ਇੰਨਾ ਸੀ, ਪਰ ਸਾਨੂੰ ਉਹਨਾਂ ਦਾ ਪਾਰਟੀ ਦਾ ਹੁਕਮ ਮੰਨਣਾ ਪਿਆ। ਪਰ ਮੈਂ ਸਮਝਦਾ ਹਾਂ ਕਿ ਅਸੀਂ ਉਹ ਬਹੁਤ ਵੱਡੀ ਆਪਣੀ ਜ਼ਿੰਦਗੀ ਦੀ ਸਿਆਸੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਵੱਡੀ ਗਲਤੀ ਕੀਤੀ ਆ, ਸਾਨੂੰ ਉਹ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ। ਅਤੇ ਮੈਂ ਸਮਝਦਾ ਵਾਂ ਕਿ ਇਹ ਤਾਂ ਨਹੀਂ ਸੀਗਾ ਕਿ ਉਸ ਵੇਲੇ ਤੁਹਾਨੂੰ ਵੀ ਐਂ ਲੱਗਿਆ ਕਿ ਕਾਂਗਰਸ ਆਪਣਾ ਉਮੀਦਵਾਰ ਵੀ ਨਹੀਂ ਖੜਾ ਕਰ ਰਹੀ ਔਰ ਤੁਹਾਡੀ ਜਿੱਤ ਵੀ ਪੱਕੀ ਹੈ ਉਸ ਵੇਲੇ, ਕਿਉਂਕਿ MLA ਜੇ ਤੂੰ ਸਿਆਸਤਦਾਨ ਦਾ ਇੱਕ ਟਾਰਗੇਟ ਤਾਂ ਹੁੰਦਾ ਹੀ ਹੈ ਕਿ ਜੇ ਉਹ MLA ਬਣੇ ਜਾਂ MP ਬਣੇ ਜਾਂ ਮੰਤਰੀ ਬਣੇ, ਤੁਹਾਨੂੰ ਫਿਰ ਉਸ ਵੇਲੇ ਸੀਗਾ ਕਿ ਮੈਂ MLA ਬਣ ਜੂੰਗਾ। ਠੀਕ ਹੈ ਯਾਰ, ਸਾਡੀ ਸਰਕਾਰ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ, ਕੰਮ ਵੀ ਹੋ ਰਿਹਾ ਸੀ, ਸਾਰਾ ਕੁਛ ਠੀਕ ਚੱਲ ਰਿਹਾ ਸੀ। 8-9 ਮਹੀਨੇ ਵਾਸਤੇ ਇੱਕ ਬੰਦੇ ਨੇ MLA ਬਣ ਕੇ ਕੋਈ ਬਹੁਤ ਵੱਡਾ ਮਾਰਕਾ ਨਹੀਂ ਮਾਰ ਲੈਣਾ ਹੁੰਦਾ। ਮੈਂ ਸਮਝਦਾ ਵਾਂ ਕਿ ਪਹਿਲਾਂ ਵੀ ਬ੍ਰਹਮਪੁਰਾ ਜੀ ਨੇ ਔਰ ਮੈਂ ਵੀ ਕਈ TV ਚੈਨਲਾਂ 'ਤੇ ਕਿਹਾ ਵਾ ਕਿ ਸਾਡੇ ਕੋਲੋਂ ਉਹ ਜ਼ਿੰਦਗੀ ਦੀ, ਸਿਆਸੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੋਈ ਆ। ਸਾਨੂੰ ਪਾਰਟੀ ਜਿੰਨਾ ਮਰਜ਼ੀ ਸਾਡੇ 'ਤੇ ਪ੍ਰੈਸ਼ਰ ਪਾਉਂਦੀ, ਸਾਨੂੰ ਉਹ ਚੋਣ ਨਹੀਂ ਲੈਣੀ। 2017 'ਚ ਕੀ ਹੋਇਆ ਸੀਗਾ ਉਸ ਇਸ ਕੌਂਸਟੀਚੁਐਂਸੀ ਨੂੰ ਲੈ ਕੇ? 2017 ਦੇ ਵਿੱਚ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਪ ਜੀ ਨੂੰ ਪਤਾ ਵਾ, ਦੁਬਾਰਾ ਚੋਣਾਂ ਆਈਆਂ, ਇਲੈਕਸ਼ਨਾਂ ਹੋਈਆਂ, ਹਾਰ ਹੋਈ। ਉਹਦੇ ਵਿੱਚ ਬ੍ਰਹਮਪੁਰਾ ਜੀ ਨੇ ਬੜੇ ਖੁੱਲ੍ਹ ਕੇ ਜਿਹੜੀ ਮੀਟਿੰਗ ਸੀ ਉਹ 'ਚ ਕਿਹਾ ਵੀ ਵੇਖੋ ਅਸੀਂ ਤੁਹਾਨੂੰ ਕਹਿੰਦੇ ਸਾਂ ਕਿ ਆਪ ਤੁਸੀਂ ਉਦੋਂ ਕਿਉਂ ਨੇ ਬਾਈਕਾਟ ਕਰਤਾ? ਦੇਖੋ, ਮੇਰੀ ਬੇਨਤੀ ਆ ਜੀ, ਪਾਰਟੀਆਂ ਦੇ ਫੈਸਲੇ ਹੁੰਦੇ ਨੇ, ਇਹ ਨਹੀਂ ਹੁੰਦਾ ਜਦੋਂ ਕੋਈ ਸਮਾਂ ਆਉਂਦਾ ਵਾ, ਜਦੋਂ ਕੋਈ ਉਦੋਂ ਹੀ ਇਹ ਫੈਸਲੇ ਐਡੇ ਵੱਡੇ ਫੈਸਲੇ ਲੈ ਜਾਂਦੇ ਹੁੰਦੇ ਨੇ, ਇੱਕ ਬੰਦੇ ਦੇ ਫੈਸਲੇ ਨਾਲ ਕੁਛ ਨਹੀਂ ਹੁੰਦਾ। ਜਦੋਂ ਬ੍ਰਹਮਪੁਰਾ ਜੀ ਨੇ ਉਹਨਾਂ ਨੂੰ ਕਿਹਾ ਕਿ ਵੇਖੋ ਅੱਜ ਆਪਣੀ ਹਾਰ ਤਾਂ ਹੋਈ ਆ ਕਿ ਆਪਾਂ ਆਪਣਾ ਪੰਥਕ ਏਜੰਡਾ ਛੱਡਤਾ ਸੀ, ਆਪਾਂ ਜੋ ਬੇਅਦਬੀਆਂ ਹੋਈਆਂ ਸੀ ਆਪਣੇ ਸਮੇਂ ਦੇ ਵਿੱਚ ਉਹਨਾਂ ਦਾ ਆਪਾਂ ਇਨਸਾਫ਼ ਨਹੀਂ ਦੇ ਸਕੇ। ਇਸ ਕਰਕੇ ਮੈਂ ਸਮਝਦਾ ਵਾਂ ਕਿ ਉਹਨਾਂ ਦੀ ਜੋ ਸੋਚ ਸੀ ਅਤੇ ਉਹਦੇ ਕਰਕੇ ਮੈਂ ਜਿਹੜਾ ਵਾ ਬ੍ਰਹਮਪੁਰਾ ਸਾਹਿਬ ਨੇ ਮੁੜ ਕੇ ਹੌਲੀ ਹੌਲੀ ਉਹਨਾਂ ਨੂੰ ਬਾਦਲ ਸਾਹਿਬ ਨੂੰ ਬੇਨਤੀਆਂ ਸ਼ੁਰੂ ਕੀਤੀਆਂ, ਲੇਕਿਨ ਜਦੋਂ ਉਹਨਾਂ ਦੀਆਂ ਬੇਨਤੀਆਂ 'ਤੇ ਕਿਸੇ ਨੇ ਵੀ ਕੋਈ ਵਿਚਾਰ ਨਹੀਂ ਕੀਤਾ ਤਾਂ ਉਹਨਾਂ ਨੇ ਪਾਰਟੀ ਤੋਂ ਅਲੈਦਾ ਹੀ ਹੋਣਾ ਜਿਹੜਾ ਵਾ ਵਾਜਬ ਸਮਝਿਆ। ਮੈਂ ਸਮਝਦਾ ਵਾਂ ਕਿ ਅੱਜ ਜੇ ਬ੍ਰਹਮਪੁਰਾ ਜੀ ਪਾਰਟੀ ਤੋਂ ਵੱਖ ਹੋਏ ਨੇ, 60 ਸਾਲ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਦੀ ਤਰ੍ਹਾਂ ਪਾਰਟੀ 'ਚ ਕੰਮ ਕੀਤਾ ਹੋਵੇ ਤਾਂ ਤਕਲੀਫ ਤਾਂ ਬਹੁਤ ਹੁੰਦੀ ਆ। ਜਿਸ ਪਰਿਵਾਰ ਦੇ ਵਿੱਚ ਤੁਸੀਂ 1 ਸਾਲ ਕੰਮ ਕੀਤਾ ਹੋਵੇ, ਮਿਹਨਤ ਕੀਤੀ ਹੋਵੇ, ਉਸ ਬੂਟੇ ਨੂੰ ਪਾਲਣ ਵਾਸਤੇ ਬਹੁਤ ਮਿਹਨਤ ਕੀਤੀ, ਉਸ ਬੂਟੇ ਨੂੰ ਬਹੁਤ ਮਿਹਨਤ ਨਾਲ ਪਾਲਿਆ ਸੀ, ਪਰ ਜਦੋਂ ਧੱਕਾ ਵੇਖਿਆ, ਪੰਥ ਨਾਲ, ਗੁਰੂ ਨਾਲ, ਇਨਸਾਫ਼ ਨਾਲ ਮਿਲਿਆ, ਉਦੋਂ ਬ੍ਰਹਮਪੁਰਾ ਜੀ ਨੇ ਉਹਨਾਂ ਤੋਂ ਵੱਖ ਹੋ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲਾਂ ਕਰ ਰਹੇ ਹੋ, ਹੁਣ ਨਵੀਂ ਪਾਰਟੀ ਬਣਾਈ ਹੈ, ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਊਗਾ ਇੱਕ ਨਵੀਂ ਪਾਰਟੀ ਪੰਜਾਬ 'ਚ। ਹੁਣ ਤੱਕ ਜਿੰਨੀਆਂ ਵੀ ਅਕਾਲੀ ਦਲ ਬਣੀਆਂ ਉਹਨਾਂ ਦਾ ਰਿਜ਼ਲਟ ਵੀ ਕੋਈ ਚੰਗਾ ਨਹੀਂ ਰਿਹਾ, ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਜਿਵੇਂ ਯੰਗ ਬ੍ਰਿਗੇਡ ਹੋਰ ਇੱਕ ਪਾਸੇ ਐਕਸਪੀਰੀਅੰਸ ਹੈ, ਉਹਨਾਂ ਨੇ ਤਾਂ ਇੱਕ ਨਵੀਂ ਪਾਰਟੀ ਬਣਾ ਦਿੱਤੀ, ਤੁਹਾਡੇ ਵਾਸਤੇ ਤੁਹਾਡੀ ਸਿਆਸਤ ਲਈ ਕਿੰਨੀ ਕੁ ਇਸ ਵੇਲੇ ਮੁਸ਼ਕਲ ਘੜੀ ਹੈ, ਕਿਉਂਕਿ ਨਵੀਂ ਪਾਰਟੀ ਹੈ ਉਹਨੂੰ ਇੱਕਦਮ ਸਟੈਂਡ ਕਰਨਾ ਉਹ ਤਾਂ ਮੁਸ਼ਕਲ ਤਾਂ ਹੈਗੀ ਹੈ? ਦੇਖੋ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਨਵੀਂ ਪਾਰਟੀ ਨੂੰ ਜਿਹੜਾ ਵਾ ਉਹਨੂੰ ਕਾਮਯਾਬ ਕਰਨ ਵਾਸਤੇ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਆ, ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜਾ ਕਾਜ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਲੈ ਕੇ ਚੱਲੇ ਨੇ, ਧਰਮ ਦੀ ਗੱਲ ਕੀਤੀ ਆ, ਪੰਥ ਦੀ ਗੱਲ ਕੀਤੀ ਆ, ਗੁਰੂ ਦੀ ਗੱਲ ਕੀਤੀ ਆ, ਇਨਸਾਫ਼ ਦੀ ਗੱਲ ਕੀਤੀ ਆ, ਪੰਜਾਬ ਦੇ ਭਲੇ ਦੀ ਗੱਲ ਕੀਤੀ ਆ। ਲੋਕ ਅੱਜ ਬਾਦਲਾਂ ਤੋਂ ਦੁਖੀ ਨੇ, ਬਾਦਲ ਪਰਿਵਾਰ ਤੋਂ ਦੁਖੀ ਨੇ, ਜੋ ਉਹਨਾਂ ਪਹਿਲੇ ਸਮੇਂ ਦੇ ਵਿੱਚ ਬੱਜਰ ਗਨਾਹ ਬੱਜਰ ਗਲਤੀਆਂ ਕੀਤੀਆਂ ਵਾ, ਲੋਕ ਉਹਨਾਂ ਤੋਂ ਦੁਖੀ ਨੇ, ਅਤੇ ਜਿਹੜਾ ਥੱਲੜਾ ਕੇਡਰ ਆ ਉਹ ਬਿਲਕੁਲ ਮੈਂ ਸਮਝਦਾ ਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਵਾ ਉਹਨੂੰ ਸਹਿਯੋਗ ਦੇ ਰਿਹਾ ਵਾ, ਔਰ ਮਿਹਨਤ ਕਰਾਂਗੇ, ਇਹਨੂੰ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ, ਔਰ ਉਹ ਹੀ ਅਕਾਲੀ ਦਲ ਫਿਰ ਦੁਬਾਰਾ ਮੈਂ ਸਮਝਦਾ ਵਾਂ ਕਿ ਬਣੂੰਗਾ। ਬਾਦਲ ਪਰਿਵਾਰ ਇੱਕ ਬਣੇ ਉਹ ਤੋਂ ਲੱਥ ਜੂਗਾ, ਅਤੇ ਜਿੰਨੇ ਉੱਥੇ ਪਿੱਛੇ ਰਹਿ ਗਏ ਨੇ ਮੈਨੂੰ ਆਸ ਪੂਰਨ ਆਸ ਆ ਉਹ ਲੋਕ ਆਣ ਕੇ ਫਿਰ ਦੁਬਾਰਾ ਇਸ ਅਕਾਲੀ ਦਲ ਨਾਲ ਜੁੜਨਗੇ। ਜਿਸ ਤਰ੍ਹਾਂ ਤੁਸੀਂ ਹੁਣ ਦੱਸ ਰਹੇ ਹੋ ਕਿ ਤੁਹਾਨੂੰ ਉਮੀਦ ਤਾਂ ਹੈ ਤੁਹਾਡੀ ਪਾਰਟੀ ਕਾਮਯਾਬ ਹੋਏਗੀ, ਪਰ ਜਦੋਂ ਤੋਂ ਤੁਸੀਂ ਵਿਰੋਧ ਕਰ ਰਹੇ ਹੋ ਅਕਾਲੀ ਦਲ ਦਾ, ਤੁਹਾਡੇ ਵਰਗੇ ਹੀ ਯੰਗ ਨੇਤਾ ਹੀ ਮੰਨੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ, ਉਹ ਪ੍ਰਧਾਨ ਨੇ, ਆਰੋਪ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਨੂੰ ਪਾਰਟੀ 'ਚ ਬਹੁਤ ਇੰਟਰਫੇਅਰ ਕਰ ਰਹੇ ਨੇ, ਤੁਹਾਡੇ ਪਿਤਾ ਆਰੋਪ ਲਗਾ ਰਹੇ ਨੇ, ਸਾਰੇ ਯੰਗ ਬੰਦੇ ਨੇ, ਉਹ ਤੁਹਾਡੇ ਨਾਲ ਉਹਨਾਂ ਦਾ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ, ਕੋਈ ਇਸ ਜਿੰਨੀ ਜਦੋਂ ਤੋਂ ਤੁਸੀਂ ਵਿਰੋਧ ਕਰ ਰਹੇ ਹੋ ਕੋਈ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਿ ਇਹ
ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਾਂ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਹੋਈ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਅਸੀਂ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ ਕਰ ਰਹੇ। ਅਸੀਂ ਕੁਛ ਬੰਦਿਆਂ ਦਾ ਵਿਰੋਧ ਕੀਤਾ ਸੀ ਜਿਨ੍ਹਾਂ ਦੇ ਕਰਕੇ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਠੇਸ ਪਹੁੰਚੀ ਸੀ। ਉਸੇ ਉਹਨਾਂ ਬੰਦਿਆਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਸੀ? ਮੈਂ ਉਹ ਹੀ ਬੇਨਤੀ ਕਰਨ ਲੱਗਾ ਕਿ ਜਿਹੜੀ ਬੰਦਿਆਂ ਦੇ ਬਾਰੇ ਬ੍ਰਹਮਪੁਰਾ ਜੀ ਨੇ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਕਰਕੇ ਜਿਹੜੀ ਪਾਰਟੀ ਦਾ ਨੁਕਸਾਨ ਹੋ ਰਿਹਾ ਸੀ, ਜਦੋਂ ਬ੍ਰਹਮਪੁਰਾ ਜੀ ਨੇ ਪ੍ਰੈਸ ਕਾਨਫਰੰਸ 30 ਤਰੀਕ ਨੂੰ ਕੀਤੀ ਸੀ ਅਤੇ ਰੌਲਾ ਪੈ ਗਿਆ ਸੀ ਕਿ ਇਹ ਢੀਂਡਸਾ ਸਾਹਿਬ ਉਦੋਂ ਇੱਕ ਦਿਨ ਪਹਿਲਾਂ 29 ਤਰੀਕ ਨੂੰ ਅਸਤੀਫਾ ਦੇ ਚੁੱਕੇ ਸੀ ਅਤੇ ਇਹ ਸੀ ਕਿ ਹੁਣ ਬ੍ਰਹਮਪੁਰਾ ਸਾਹਿਬ ਜਿਹੜੇ ਨੇ ਉਹ ਵੀ ਪਾਰਟੀ ਛੱਡ ਜਾਣਗੇ। ਉਹਨਾਂ ਨੇ ਹਜੇ ਪਾਰਟੀ ਨਹੀਂ ਸੀ ਛੱਡੀ, ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀ ਕਿ ਜੋ ਉਣਤਾਈਆਂ ਪਿਛਲੇ ਸਮੇਂ ਦੇ ਵਿੱਚ ਆਈਆਂ ਵਾ ਉਹਦੇ ਵਾਸਤੇ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਮੰਗਣੀ ਚਾਹੀਦੀ ਆ, ਜੋ ਸਾਡੇ ਕੋਲ ਕਰਹਿਤਾਂ ਹੋਈਆਂ ਜਾਂ ਸਾਡੇ ਤੋਂ ਗਲਤੀਆਂ ਹੋਈਆਂ ਵਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਾਨੂੰ ਮੰਨ ਲੈਣਾ ਚਾਹੀਦਾ। ਥੋੜ੍ਹੇ ਦਿਨਾਂ ਉਸ ਤੋਂ ਬਾਅਦ 7 ਤਰੀਕ ਨੂੰ ਪਟਿਆਲੇ ਦੇ ਵਿੱਚ ਰੈਲੀ ਰੱਖੀ ਗਈ ਸੀ। ਬ੍ਰਹਮਪੁਰਾ ਸਾਹਿਬ ਨੂੰ ਕਈ ਫੋਨ ਆਏ, ਬਾਦਲ ਸਾਹਿਬ ਦੇ ਵੀ ਆਏ ਵੀ ਉੱਥੇ ਪਹੁੰਚੋ ਅਤੇ ਇਹਨਾਂ ਨੇ ਕੋਈ ਫੋਨ ਨਹੀਂ ਸੁਣਿਆ। ਮੈਨੂੰ ਖੁਦ ਸਰਦਾਰ ਬਿਕਰਮ ਸਿੰਘ ਮਜੀਠਾ ਜੀ ਮਿਲੇ, ਉਹਨਾਂ ਨੇ ਆਪਣੇ ਬੰਦੇ ਵੀ ਭੇਜੇ ਕਿ ਤੁਹਾਡੇ ਨਾਲ ਮੁਲਾਕਾਤ ਹੋਈ ਸੀ 1-to-1? ਬਿਲਕੁਲ ਹੋਈ ਸੀ। ਉਹਨਾਂ ਨੇ ਕਿੱਥੇ ਹੋਈ ਸੀਗੀ? ਲੋਕਲ ਸੀ, ਕਿਸੇ ਦੇ ਹੋਈ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਰਵਿੰਦਰ ਸਿੰਘ ਜੀ, ਤੁਸੀਂ ਨੌਜਵਾਨ ਆ, ਤੁਹਾਡਾ ਹਜੇ ਆਉਣ ਵਾਲਾ ਸਮਾਂ ਜਿਹੜਾ ਫਿਊਚਰ ਆ ਉਹ ਬੜਾ ਲੰਮਾ ਸਮਾਂ ਤੁਸੀਂ ਸਿਆਸਤ 'ਚ ਰਹਿਣਾ ਵਾ ਅਤੇ ਤੁਸੀਂ ਬਿਲਕੁਲ ਬ੍ਰਹਮਪੁਰਾ ਸਾਹਿਬ ਦਾ ਸਾਥ ਛੱਡ ਕੇ ਅਤੇ ਜਿਹੜੀ ਪਟਿਆਲਾ ਰੈਲੀ ਹੋ ਰਹੀ ਆ ਉਹਦੇ ਵਿੱਚ ਪਹੁੰਚੋ। ਇੱਥੋਂ ਤੱਕ ਕਿ ਸਾਡੇ ਸਤਿਕਾਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪਿਤਾ ਦਾ ਸਾਥ ਛੱਡ ਦਿਓ, ਨਾਲ ਆਓ ਮੇਰੇ। ਉਹਨਾਂ ਦਾ ਸਾਥ ਛੱਡ ਕੇ ਤਾਂ ਤੁਸੀਂ ਰੈਲੀ ਦੇ ਵਿੱਚ ਆਓ ਅਤੇ ਫਿਰ ਬਾਅਦ ਦੇ ਵਿੱਚ ਆਪਾਂ ਦੇਖਾਂਗੇ। ਈਵਨ ਸਰਦਾਰ ਬੜੇ ਸਤਿਕਾਰਯੋਗ ਨੇ ਭੁੰਦੜ ਸਾਹਿਬ, ਸਾਡੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ, ਉਹਨਾਂ ਨਾਲ ਵੀ ਟੈਲੀਫੋਨ ਇੱਥੇ ਘਰ ਆਇਆ ਅਤੇ ਉਹਨਾਂ ਵੀ ਕਿਹਾ ਕਿ ਬ੍ਰਹਮਪੁਰਾ ਸਾਹਿਬ ਨੇ ਜੇ ਨਹੀਂ ਵੀ ਆਉਣਾ ਕੋਈ ਗੱਲ ਨਹੀਂ ਅਤੇ ਕਾਕਾ ਜੀ ਨੂੰ ਉੱਥੇ ਜ਼ਰੂਰ ਭੇਜੋ ਤਾਂ ਜੋ ਰਿਲੇਸ਼ਨ ਜਿਹੜੇ ਬਣੇ ਰਹਿਣ। ਪਰ ਕਿਉਂਕਿ ਮੈਂ ਬਹੁਤ ਛੋਟੀ ਉਮਰ ਤੋਂ ਤਕਰੀਬਨ 14-15 ਸਾਲ ਤੋਂ ਹੀ ਬ੍ਰਹਮਪੁਰਾ ਸਾਹਿਬ ਦੀ ਛਤਰ ਸਾਇਆ ਹੇਠ ਜਿਹੜਾ ਕੰਮ ਕਰਦਾ ਸੀ, ਸਟੂਡੈਂਟ ਦੇ ਸਮੇਂ ਵੀ ਮੈਂ ਇਹਨਾਂ ਦੇ ਨਾਲ ਰਹਿ ਕੇ ਕੰਮ ਕਰਦਾ ਰਿਹਾ ਅਤੇ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਪਿਤਾ ਇੱਕ ਬੰਨੇ ਹੋਵੇ ਅਤੇ ਪੁੱਤ ਇੱਕ ਬੰਨੇ ਹੋਵੇ ਅਤੇ ਨਾ ਇਸ ਤਰ੍ਹਾਂ ਘਰ ਚੱਲਦੇ ਆ ਅਤੇ ਨਾ ਇਸ ਤਰ੍ਹਾਂ ਪਰਿਵਾਰ ਚੱਲਦੇ ਆ ਅਤੇ ਨਾ ਸਿਆਸਤ ਚੱਲਦੀ ਆ। ਆਪਾਂ ਫਿਰ ਬ੍ਰਹਮਪੁਰਾ ਸਾਹਿਬ ਜੀ ਨੇ ਜੋ ਆਪਣਾ ਉਹਨਾਂ ਨੇ ਕਦਮ ਚੁੱਕਿਆ ਉਹਦਾ ਅਸੀਂ ਜਿਹੜਾ ਵਾ ਉਸ ਵਿੱਚ ਹੁਣ ਉਸ ਫੈਸਲੇ ਨਾਲ ਖੁਸ਼ ਵੀ ਹੋ ਪਰਸਨਲੀ? ਬਿਲਕੁਲ, ਮੈਂ ਖੁਸ਼ ਹਾਂ ਜੀ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਜਿਹੜਾ ਇਹ ਧਰਮ ਦੀ ਗੱਲ ਕਰਕੇ ਜਿਹੜਾ ਉਪਰਾਲਾ ਕੀਤਾ ਵਾ, ਪੰਥ ਦੀ ਗੱਲ ਕਰਕੇ ਉਪਰਾਲਾ ਕੀਤਾ, ਪੰਜਾਬ ਦੇ ਭਲੇ ਦੀ ਗੱਲ ਕਰਕੇ ਉਪਰਾਲਾ ਕੀਤਾ, ਅਸੀਂ ਉਹਨਾਂ ਦੇ ਹਰ ਕੰਮ ਦੇ ਨਾਲ, ਉਹਨਾਂ ਦੇ ਹਰ ਜੋ ਉਹਨਾਂ ਦੀ ਸੋਚ ਉਹਦੇ ਨਾਲ ਸਹਿਮਤ ਹਾਂ। ਔਰ ਮੈਂ ਆਸ ਕਰਦਾ ਵਾਂ ਕਿ ਜਿੰਨਾ ਭਰਵਾਂ ਹੰਗਾਰਾ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਸਾਨੂੰ ਮਿਲ ਰਿਹਾ, ਵਰਕਰਾਂ ਦਾ ਮਿਲ ਰਿਹਾ, ਪੰਜਾਬ 'ਚੋਂ ਮਿਲ ਰਿਹਾ, ਹਜੇ ਤਾਂ ਪਾਰਟੀ ਸਾਡੀ ਫੋਰਮ ਵੀ ਨਹੀਂ ਸੀ ਹੋਈ ਅਤੇ ਸਾਨੂੰ ਤਾਂ ਪਹਿਲਾਂ ਹੀ ਜਿਹੜੇ ਨੇ ਲੋਕਾਂ ਦੇ, ਸ਼੍ਰੋਮਣੀ ਕਮੇਟੀ ਮੈਂਬਰਾਂ ਦੇ, ਸਾਬਕਾ ਮੈਂਬਰਾਂ ਦੇ, ਸਾਬਕਾ MLA ਸਾਹਿਬਾਨਾਂ ਦੇ, ਸਾਬਕਾ ਮੰਤਰੀ ਸਾਹਿਬਾਨਾਂ ਦੇ ਟੈਲੀਫੋਨ ਆਉਣ ਲੱਗ ਪਏ ਸੀ ਕਿ ਅਸੀਂ ਤੁਹਾਡੇ ਨਾਲ ਹਾਂ, ਤਕੜੇ ਹੋ ਜਾਓ। ਔਰ ਮੈਂ ਇਹ ਵੀ ਕਹਿ ਸਕਦਾ ਕਿ ਜਿਹੜੇ ਪੰਜਾਬ ਦੇ ਵਿੱਚ ਬਿਊਰੋਕਰੇਟਸ ਨੇ, ਚੰਗੇ ਚੰਗੇ ਅਫਸਰ ਸਾਹਿਬਾਨ ਨੇ, ਉਹਨੂੰ ਵੀ ਕਹਿੰਦੇ ਨੇ ਕਿ ਜਿਹੜਾ ਬ੍ਰਹਮਪੁਰਾ ਜੀ ਨੇ ਉਪਰਾਲਾ ਸ਼ੁਰੂ ਕੀਤਾ ਇਹ ਬਹੁਤ ਵਧੀਆ ਵਾ ਅਤੇ ਤਕੜੇ ਹੋ ਕੇ ਲੱਗੇ ਰਹੋ ਅਤੇ ਅਸੀਂ, ਮੈਂ ਸਮਝਦਾ ਵਾਂ ਕਿ ਲੱਗੇ ਹਾਂ ਔਰ ਕਾਮਯਾਬ ਹੋਵਾਂਗੇ। ਆਉਣ ਵਾਲਾ ਸਮਾਂ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ ਦਾ ਸਮਾਂ, ਔਰ ਮੈਂ ਸਭ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਨਾਲ ਪਿਆਰ ਕਰਦੇ ਨੇ, ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਆਸਥਾ ਵਾ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਆਓ ਤਕੜੇ ਹੋ ਕੇ ਇਸ ਬਾਦਲ ਪਰਿਵਾਰ ਨੂੰ ਕੁਰਸੀਆਂ ਤੋਂ ਲਾਈਏ, ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ, ਜਿਨ੍ਹਾਂ ਨੇ ਮਰਿਆਦਾ ਦਾ ਨੁਕਸਾਨ ਕੀਤਾ, ਜਿਨ੍ਹਾਂ ਨੇ ਧਰਮ ਦਾ ਨੁਕਸਾਨ ਕੀਤਾ, ਜਿਨ੍ਹਾਂ ਨੇ ਗੁਰੂ ਦਾ ਨੁਕਸਾਨ ਕੀਤਾ, ਜਿਨ੍ਹਾਂ ਨੇ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵਰਤਿਆ, ਮੈਂ ਸਮਝਦਾ ਵਾਂ ਕਿ ਇਹਨਾਂ ਨੂੰ ਲਾਈਏ ਅਤੇ ਇੱਕ ਬਹੁਤ ਵਧੀਆ ਪੰਜਾਬ ਜਿਹੜਾ ਵਾ ਆਪਣਾ ਬਣਾਈਏ, ਉਹ ਪੰਜਾਬ ਨੂੰ ਤਰੱਕੀ 'ਤੇ ਲੈ ਕੇ ਜਾਈਏ। ਬ੍ਰਹਮਪੁਰਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ। ਇਹ ਸਨ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਕਹਿ ਰਹੇ ਨੇ ਕਿ ਇੱਕ ਕੌਨਫੀਡੈਂਸ ਵੀ ਦਿਖਾ ਰਹੇ ਨੇ ਕਿ ਹੁਣ ਨਵੀਂ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣੀ ਹੈ ਉਹ ਇੱਕ ਲੋਕਾਂ ਦੀ ਇੱਥੇ ਪਸੰਦ ਵੀ ਬਣੇਗੀ ਔਰ ਇੱਕ ਡੈਮੋਕਰੇਟਿਕ ਤਰੀਕੇ ਨਾਲ ਕੰਮ ਕਰੇਗੀ। ਔਰ ਇਹਨਾਂ ਨੇ ਕਿਹਾ ਕਿ ਜਦੋਂ ਬਾਈ ਇਲੈਕਸ਼ਨ ਹੋਏ ਸੀਗੇ
ਖਡੂਰ ਸਾਹਿਬ ਕੰਸਟੀਚੁਐਂਸੀ 'ਚ, ਉਦੋਂ ਇਹਨਾਂ ਵੱਲੋਂ ਗਲਤੀ ਹੋਈ, ਬਾਦਲ ਪਰਿਵਾਰ ਦਾ ਦਬਾਅ ਸੀਗਾ ਕਿ ਉਦੋਂ ਇਲੈਕਸ਼ਨ ਲੜਿਆ ਜਾਵੇ ਕਿਉਂਕਿ ਉਹ ਪੰਥਕ ਮੁੱਦੇ 'ਤੇ ਹੀ ਉਹ ਸੀਟ ਖਾਲੀ ਹੋਈ ਸੀਗੀ ਔਰ ਇਹਨਾਂ ਨੇ ਇਲੈਕਸ਼ਨ ਲੜਿਆ ਔਰ ਅੱਜ ਇਸ ਨੂੰ ਉਹ ਗਲਤੀ ਵੀ ਮੰਨ ਰਹੇ ਨੇ। ਕੈਮਰਾਮੈਨ ਹਰਜਿੰਦਰ ਦੇ ਨਾਲ ਰਮਨਸ਼ੂ ਗਾਬਾ, ਦੈਨਿਕ ਸਵੇਰਾ ਟੀ ਵੀ, ਅੰਮ੍ਰਿਤਸਰ।